ਮੈਂ ਸਮਝੀ ਨੀ ਜੀ, ਤੁਸੀਂ ਮੁੰਡੇ ਦੀ ਮਾਂ? ਮਾਂ ਜੀ। ਅੱਛਾ, ਤੇ ਪੁੱਤ ਤੂੰ? ਮੈਂ ਜੀ ਮੁੰਡੇ ਦੀ ਘਰ ਵਾਲੀ। ਕਿਹੜੇ ਮੁੰਡੇ ਦੀ ਘਰ ਵਾਲੀ? ਜਿਹਦੀ ਆ ਮਾਂ ਹੈ। ਤਾਂ ਫਿਰ ਹੁਣ ਲੱਭਦੇ ਕੀ ਫਿਰਦੇ ਹੋ? ਦੂਜੀ ਘਰ ਵਾਲੀ। ਤੁਹਾਨੂੰ ਕੋਈ ਇਤਰਾਜ਼ ਤਾਂ ਨੀ ਜੀ? 50 ਕਿੱਲਿਆਂ ਦਾ ਮਾਲਕ, ਨਸ਼ੇ ਪੱਤੇ ਤੋਂ ਰਹਿਤ, ਇੱਕ ਤੂੰ ਇੰਨੀ ਚੰਗੀ, ਤਾਂ ਸਾਨੂੰ ਕੀ ਇਤਰਾਜ਼ ਹੋਣਾ ਕੁੜੇ? ਆ ਲੋ ਫੜੋ ਸ਼ਗਨ ਦਾ ਰੁਪਿਆ ਤੇ ਗੱਲ ਕਰੋ ਪੱਕੀ। ਪਹਿਲਾਂ ਤੁਸੀਂ ਕੁੜੀ ਤਾਂ ਵੇਖ ਲੋ। ਨਹੀਂ ਨਹੀਂ, ਕੁੜੀ ਕਿਉਂ ਵੇਖਣੀ? ਬੇਬੇ। ਹਾਂ ਪੁੱਤ। ਇੱਥੇ ਨੀ ਕਰਨਾ। ਕਿਉਂ ਕੁੜੇ, ਕੁੜੀ ਤਾਂ ਬੜੀ ਸੋਹਣੀ ਹੈ। ਇਹੀ ਤਾਂ ਪੰਗਾ, ਬਾਲੀ ਸੋਹਣੀ ਹੈ। ਬਸ ਇੱਕ ਵਾਰੀ ਵਿਆਹ ਹੋ ਜੇ, ਫਿਰ ਆਪਾਂ ਦੋਵਾਂ ਭੈਣਾਂ ਨੇ ਰਲ ਮਿਲ ਕੇ ਘਰ ਸਾਂਭ ਲੈਣਾ। ਉਹ ਤਾਂ ਠੀਕ ਆ ਭੈਣੇ, ਪਰ ਬੰਦਾ ਕਿਵੇਂ ਆ? ਤੁਹਾਡਾ ਤਾਂ ਹੰਡਾਇਆ ਵਰਤਿਆ। ਇੱਕ ਨੰਬਰ, ਮੇਰੇ ਤਾਂ ਪੂਰੇ ਕਹਿਣੇ ਚ। ਫਿਰ ਭੈਣੇ ਥੋੜਾ ਜਿਹਾ ਤਾਂ ਕਹਿਣੇ ਚ ਬਾਹਰ ਕੱਢਣਾ ਹੀ ਪੈਣਾ, ਤਾਂ ਹੀ ਤਾਂ ਮੇਰੇ ਕਹਿਣੇ ਚ ਆਊਗਾ। ਮੇਰਾ ਕਰਾਲਾ ਤਾਂ ਇੱਕ ਨੰਬਰ ਆ, ਪੂਰਾ ਮੇਰੇ ਕਹਿਣੇ ਚ ਰਹਿੰਦਾ, ਜਿਵੇਂ ਮੈਂ ਕਹਿੰਦੀ ਹਾਂ ਉਵੇਂ ਹੀ ਕਰਦਾ। ਠੀਕ ਹੈ? ਹਾਂਜੀ। ਮੈਂ ਆਪਦੇ ਘਰ ਵਾਲੇ ਲਈ ਨਵੀਂ ਘਰ ਵਾਲੀ ਲੱਭ ਕੇ ਆਈ ਹਾਂ। ਹੈ ਕੀ? ਤੈਨੂੰ ਤਾਂ ਪਤਾ ਹੀ ਹੈ, ਬਥੇਰੇ ਡਾਕਟਰਾਂ ਤੇ ਬਾਬਿਆਂ ਦੇ ਧੱਕੇ ਖਾ ਲਏ, ਆ ਨਿਰਮਲ ਦਾ ਦੂਜਾ ਵਿਆਹ ਕਰ ਰਹੇ ਹਾਂ। ਨੀ ਕੁੜੀ ਤੇ ਚੰਗੀ ਤਰ੍ਹਾਂ ਵੇਖ ਲਈ ਜੇ। ਕੁੜੀ ਤਾਂ ਬਹੁਤ ਪੋਲੀ ਆ, ਬਾਲੀ ਸਾਊ ਆ। ਨੀ ਇਸ ਵਹਿਮ ਚ ਨਾ ਰਵੀ, ਪਹਿਲਾਂ ਪਹਿਲਾਂ ਹੀ ਭੋਲੀਆਂ ਹੁੰਦੀਆਂ ਨੇ। ਆ ਮੇਰੇ ਪੇਕਿਆਂ ਦੀ ਗੱਲ ਸੁਣ ਲਾ, ਨੀ ਜਮਾ ਤੇਰੇ ਵਰਗਾ ਕੇਸ, ਐਡੇ ਚਾਵਾਂ ਨਾਲ ਕੁੜੀ ਵਿਆਹ ਕੇ ਲਿਆਂਦੀ, ਆਉਂਦਿਆਂ ਘਰ ਵਾਲੇ ਨਾਲ ਰਲ ਕੇ ਨਾ ਆ ਤਾਂ ਪਹਿਲੀ ਨੂੰ ਜ਼ਹਿਰ ਦੇ ਦਿੱਤਾ ਸੀ। ਤੂੰ ਹੀ ਨਾ ਡਰਾਈ ਜਾ, ਸਾਰੀਆਂ ਕੁੜੀਆਂ ਇੱਕੋ ਵਰਗੀਆਂ ਥੋੜਾ ਹੁੰਦੀਆਂ, ਮੈਂ ਤਾਂ ਭੈਣ ਬਣਾ ਕੇ ਰੱਖੂਗੀ। ਨੀ ਤੂੰ ਪਾਗਲ ਨਾ ਬਣ, ਤੂੰ ਬਗਾਨੀ ਨੂੰ ਜੋ ਭੈਣ ਬਣਾ ਕੇ ਲਿਆਂਗੀ, ਉਹ ਤੂੰ ਆਪਣੀ ਭੈਣ ਲੈ ਆ। ਕਿਰਨਾ? ਆਹੋ ਨੀ, ਜੇ ਆਪਣੀ ਮਾਰੂਗੀ ਛਾਵੇਂ ਤੇ ਸੁੱਟੂਗੀ, ਕਿਉਂ ਬੇਬੇ? ਹਾਂ ਪੁੱਤ, ਫਰਕ ਤਾਂ ਹੁੰਦਾ ਹੀ ਹੈ ਆਪਣੇ ਤੇ ਬਗਾਨੇ ਚ। ਹਾਂ ਪਰ ਕਿਰਨਾ ਕਿਉਂ ਮੰਨੂਗੀ? ਸਾਡੀ ਤਾਂ ਭੈਣਾਂ ਦੀ ਬਣਦੀ ਵੀ ਨੀ, ਨਾਲੇ ਛੋਟੇ ਹੁੰਦਿਆਂ ਮੈਂ ਉਹਦੇ ਗੁੱਡੇ ਵੀ ਖੋ ਲੈਂਦੀ ਸੀ। ਆ ਗਏ ਟਾਈਮ ਫਿਰ ਗੁੱਡਾ ਵਾਪਸ ਕਰਨ ਦਾ। ਨਹੀਂ, ਆਪਣੀ ਸਾਲੀ ਲਈ ਨਿਰਮਲ ਵੀ ਕਿਉਂ ਮੰਨੂਗਾ? ਪੁੱਤ ਤੂੰ ਕੋਸ਼ਿਸ਼ ਤਾਂ ਕਰ, ਨਹੀਂ ਇੱਧਰ ਤਾਂ ਰੁਪਿਆ ਫੜਾ ਹੀ ਆਏ ਆ। ਪਹਿਲਾਂ ਦਾ ਜ਼ਮਾਨਾ ਸਹੀ ਸੀ ਨਾ, ਕੱਲੇ ਕੱਲੇ ਰਾਜੇ ਦੀ 300-300 ਰਾਣੀਆਂ, ਸਾਰਿਆਂ ਨੇ ਰਲ ਮਿਲ ਕੇ ਮਹਿਲ ਦਾ ਸਾਰਾ ਕੰਮ ਸਾਂਭ ਲੈਣਾ। ਰਾਜੇ ਵਿਚਾਰੇ ਧੰਨ ਸੀ ਜਿਹੜੇ 300-300 ਰਾਣੀਆਂ ਸਾਂਭ ਲੈਂਦੇ, ਅੱਜ ਕੱਲ ਬੰਦੇ ਤੋਂ ਇੱਕ ਨੀ ਸਾਂਭਦੇ, 300 ਸ਼ਦਾਈ ਕਰ ਦੇਣ ਬੰਦੇ ਨੂੰ। ਮੈਂ ਤੁਹਾਨੂੰ ਤੰਗ ਕਰਦੀ ਹਾਂ? ਤੇਰੀ ਥੋੜਾ ਗੱਲ ਕੀਤੀ ਮੈਂ, ਰਾਜੇ ਰਾਣੀ ਦੀ ਗੱਲ ਕੀਤੀ ਹੈ। ਨਹੀਂ ਡਰੋ ਨਾ, ਵੈਸੇ ਤੁਹਾਡੀ ਗੱਲ ਤਾਂ ਸਹੀ ਹੈ, 300 ਤਾਂ ਬਹੁਤ ਜ਼ਿਆਦਾ, ਬਹੁਤ ਤੰਗ ਕਰਦੀਆਂ ਹੋਣੀਆਂ ਹੈ ਨਾ। ਦੋ ਕੁ ਠੀਕ ਨੇ, ਜਨਾਨੀ ਵੀ ਖੁਸ਼, ਮੰਦੇ ਨੂੰ ਵੀ ਆ ਮੰਜਿਆਂ ਦੀ ਵਿਛਾਉਣ ਦੀ ਲੋੜ ਨਹੀਂ। ਮਤਲਬ ਤੁਸੀਂ ਸਮਝੇ ਨੀ? ਗੁੱਸਾ ਤਾਂ ਨਹੀਂ ਕਰੂੰਗੇ? ਦੇਖੋ ਜਿਵੇਂ ਜਦੋਂ ਗੱਡੀ ਦਾ ਇੱਕ ਟਾਇਰ ਖਰਾਬ ਹੋ ਜਾਂਦਾ ਹੈ
ਕਿਵੇਂ ਆਪਾਂ ਸਟੈਪ ਨਹੀਂ ਲਾ ਕੇ ਗੱਡੀ ਜਲਦੀ ਕਰ ਲੈਨੇ ਆ, ਸਮਝ ਆਈ? ਇਹ ਤਾਂ ਬੈਠੀ ਗੱਲ ਆ, ਇਹ ਚ ਗੁੱਸਾ ਕਰਨ ਵਾਲੀ ਕਿਹੜੀ ਗੱਲ? ਤੁਹਾਨੂੰ ਸਮਝ ਨਹੀਂ ਆਈ? ਜਿਵੇਂ ਛਿੱਟੀਆਂ ਗਿੱਲੀਆਂ ਹੋਣ, ਕਿਵੇਂ ਆਪਾਂ ਸੁੱਕੀਆਂ ਛਿੱਟੀਆਂ ਲਾ ਕੇ ਅੱਗ ਬਲਦੀ ਕਰ ਲੈਨੇ ਆ ਤੇ ਰੋਟੀ ਪੱਕ ਜਾਂਦੀ ਆ। ਹੁਣ ਆਈ ਸਮਝ? ਤੁਸੀਂ ਮੇਰੀ ਛੋਟੀ ਭੈਣ ਕਿੰਨਾ ਨਾਲ ਦੂਜਾ ਵਿਆਹ ਕਰ ਲਓ, ਹੁਣ ਆ ਗਈ ਸਮਝ? ਕੀ ਬਕਵਾਸ ਕਰੀ ਜਾਂਦੀ ਆ, ਤੇਰਾ ਦਿਮਾਗ ਲੱਗਾ ਦਿਮਾਗ? ਕਿਉਂ ਤੁਹਾਨੂੰ ਗਿਰਨਾ ਸੋਹਣੀ ਨਹੀਂ ਲੱਗਦੀ? ਯਾਰ ਉਹ ਮੇਰੀ ਸਾਲੀ ਆ, ਮੈਂ ਉਹਨੂੰ ਕਦੇ ਉਹਨਾਂ ਦੇ ਨਾਲ ਵੇਖਿਆ ਹੀ ਨਹੀਂਗਾ। ਕੋਈ ਗੱਲ ਨਹੀਂ, ਹੁਣ ਦੇਖ ਲਓ, ਹੁਣ ਦੇਖ ਲਓ ਦੂਜੀ ਨਜ਼ਰ ਨਾਲ। ਉਹ ਕੰਮ ਕਰ ਆਪਦਾ ਜਾ ਕੇ। ਦੇਖੋ ਸਰਦਾਰ ਜੀ, ਮੇਰੀ ਆਹ ਗੱਲ ਮੰਨ ਲਓ, ਜੇ ਆਪਣੀ ਲੈ ਕੇ ਆਵਾਂਗੀ ਘੱਟੋ ਘੱਟ ਮੈਨੂੰ ਮਾਰ ਕੇ ਛਾਵੇਂ ਤਾਂ ਸਿੱਟੂਗੀ। ਸਰਦਾਰਨੀ ਜੀ, ਤੁਸੀਂ ਮੇਰੀ ਗੱਲ ਮੰਨੋ, ਤੁਸੀਂ ਮਰਨ ਵਾਲੇ ਬਣੋ, ਛਾਵੇਂ ਤੁਹਾਨੂੰ ਮੈਂ ਸਿੱਟ ਦੂੰਗਾ। ਆ ਗਈ ਨਾ ਦਿਲ ਵਾਲੀ ਗੱਲ ਮੂੰਹ ਤੇ, ਤੁਸੀਂ ਤਾਂ ਚਾਹੁੰਦੀ ਹੈ ਕਿ ਮੈਂ ਫਿਕਰਾਂ ਲੈ ਕੇ ਮਰ ਜਾ। ਠੀਕ, ਕੋਈ ਗੱਲ, ਮਰ ਜਾਂਦੀ ਮੈਂ ਫਿਰ। ਓਏ ਹੁਣ ਕਿੱਥੇ ਚੱਲੀ ਆ? ਤੁਹਾਨੂੰ ਕਿ ਮੈਂ ਕਿੱਥੇ ਵੀ ਜਾਵਾਂ, ਤੁਸੀਂ ਤਾਂ ਨਹੀਂ ਮੰਨੀ ਨਾ ਮੇਰੀ ਛੋਟੀ ਜੀ ਵੀ ਗੱਲ। ਕਿਹੜੇ ਪਾਸੋਂ ਛੋਟੀ ਗੱਲ ਆ? ਛੋਟੀ ਗੱਲ ਆ। ਯਾਰ ਭਾਬੀ ਤੁਹਾਡੀ ਜੇਦ ਫੜੀ ਬੈਠੀ ਆ, ਇਹਦੇ ਨਾਲ ਵਿਆਹ ਕਰਾ ਲਾ। ਇਹ ਉਹੀ ਨੀ ਜਿਹਨੇ ਤੇਰੇ ਵਿਆਹ ਚ ਹਰੇ ਜੇ ਰੰਗ ਦਾ ਲਹਿੰਗਾ ਪਾਇਆ ਸੀ? ਉਹ ਵਾਲ ਵੀ ਕੱਕੇ ਜੇ ਕਰਾਏ ਹੋਏ ਸੀ। ਅੜ ਗਈ ਸੀ, ਕਹਿੰਦੀ ਸੀ 500 ਰੁਪਏ ਲੈਣਾ ਰੀਮਨ ਕਟਾਈ ਦਾ। ਜਵਾਬ ਤਾਂ ਨਹੀਂ ਦੇਤਾ ਤੂੰ? ਯਾਰ ਜਵਾਬ ਹੀ ਦੇਣਾ ਸੀ, ਕਮਾਲ ਕਰਦੇ ਹੋ ਸਾਲੀਆਂ ਮੇਰੀ। ਦਿਮਾਗ ਖਰਾਬ ਹੈ ਤੇਰਾ? ਸ਼ੁਕਰ ਕਰ ਤੇਰੇ ਜਵਾਕ ਨਹੀਂ ਹੋਇਆ। ਏਦਾਂ ਦੀਆਂ ਚੀਜ਼ਾਂ ਨੱਕ ਰਗੜ ਰਗੜ ਕੇ ਨਹੀਂ ਮਿਲਦੀਆਂ। ਮੈਂਬਰਾ ਯਾਰ ਕਮਾਲ ਕਰੀ ਜਾਂਦੇ ਹੋ ਤੁਸੀਂ। ਓਏ ਮੈਂਬਰਾ, ਮੇਲਾ 4 ਦਿਨਾਂ ਦਾ, ਦੁਕਾਨਾਂ 2, ਕਦੀ ਉਧਰੋਂ ਸਮਾਨ ਜਿਹਾ ਲੈ ਲਿਆ, ਕਦੀ ਉਧਰੋਂ ਧਾਰ ਚੱਕ ਲਿਆ, ਐਂ ਸਰੀ ਜਾਓ।